ਫਾਜ਼ਿਲਕਾ ਦੇ ਬਿਜਲੀ ਬੋਰਡ ਦਫ਼ਤਰ ਦੇ ਵਿੱਚ ਅੱਜ ਐਕਸੀਅਨ ਦਫ਼ਤਰ ਦੇ ਸਾਹਮਣੇ ਕਰਮਚਾਰੀਆਂ ਵੱਲੋਂ ਕੀਤੀ ਗਈ ਗੇਟ ਰੈਲੀ ਲਗਾਏ ਗਏ ਸਰਕਾਰ ਦੇ ਖਿਲਾਫ ਨਾਰੇ। ਫਾਜ਼ਿਲਕਾ ਦੇ ਵਿੱਚ ਅੱਜ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਐਮਪਲਾਈਜ਼ ਫੈਡਰੇਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਕਸੀਅਨ ਦਫ਼ਤਰ ਦੇ ਬਾਹਰ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਆਗੂ ਸੁਭਾਸ਼ ਚੰਦਰ ਪੰਚਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਗੇਟ ਰੈਲੀ ਆਯੋਜਿਤ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੇ ਮੁਲਾਜ਼ਮਾਂ ਵੱਲੋਂ ਭਾਗ ਲਿੱਤਾ ਗਿਆ। ਉਹਨਾਂ ਨੇ ਕਿਹਾ ਕਿ ਪ੍ਰਾਤਰੀ ਜਥੇਬੰਦੀਆਂ ਦੇ ਆਹਵਾਨ ਤੇ ਅੱਜ ਉਹਨਾਂ ਵੱਲੋਂ ਇਸ ਰੈਲੀ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਜਿਸ ਦੇ ਚਲਦੇ ਮਜਬੂਰੀ ਵਸ਼ ਉਹਨਾਂ ਨੂੰ ਗੇਟ ਰੈਲੀਆਂ ਕਰਨੀਆਂ ਪੈ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਉਹਨਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦਾ ਜਿਹੜੇ ਅਸੀਂ ਰੋਸ ਰੈਲੀ ਕਰਨ ਜਾ ਰਹੇ ਸੀ ਇਹ ਪੰਜਾਬ ਯੂਟੀ ਇੰਪਲਾਈਜ਼ ਮੁਲਾਜ਼ਮ ਅਤੇ ਪੈਨਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਾਣੀ ਸਮੁੱਚੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਸੰਬੰਧਿਤ ਮੰਡਲ ਦਫ਼ਤਰ ਫਾਜ਼ਿਲਕਾ ਦੇ ਅੱਗੇ ਗੇਟ ਰੋਸ ਰੈਲੀ ਕਰਨ ਜਾ ਰਹੇ ਹਾਂ ਜਿਸ ਵਿੱਚ ਸਾਡੀਆਂ ਬਹੁਤ ਸਾਰੀਆਂ ਅਹਿਮ ਮੰਗਾਂ ਸਨ ਜਿਹੜੀ ਕਿ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇੰਪਲਾਈਜ਼ ਨੂੰ ਕੁਛ ਵੀ ਨਹੀਂ ਮਿਲਣ ਜਾ ਰਿਹਾ। ਤਨਖਾਹਾਂ ਵਧਾਉਣ ਦੀ ਬਜਾਏ ਜਿਹੜੀਆਂ ਸਾਡੀਆਂ ਤਨਖਾਹਾਂ ਉਹ ਘਟਾਈਆਂ ਜਾ ਰਹੀਆਂ ਹਨ ਔਰ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਗੇਟ ਰੋਸ ਰੈਲੀ ਕਰਨ ਜਾ ਰਹੇ ਹਾਂ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਡਿਮਾਂਡਾਂ ਜਿਨ੍ਹਾਂ ਦੇ ਵਿੱਚ ਅਹਿਮ ਡਿਮਾਂਡਾਂ ਸਾਡੀਆਂ ਜਿਹੜੇ ਸਾਡੇ ਸਾਈਕਲ ਲਾਈਨਮੈਨ ਪਿਛਲੇ ਸਮੇਂ ਪਾਵਰ ਕੰਮ ਦੇ ਵੱਲੋਂ ਭਰਤੀ ਕੀਤੇ ਗਏ ਹਨ ਉਹਨਾਂ ਦੀ ਜਿਹੜੀ ਵਿੱਦਿਅਕ ਯੋਗਤਾ ਸੀਗੀ ਮੈਟ੍ਰਿਕ ਔਰ ITI ਸੀਗੀ ਅਪ੍ਰੈਂਟਿਸ਼ਿਪ ਕੀਤੀ ਹੋਈ ਉਹ ਸਾਥੀ ਜਿੰਨੇ ਵੀ ਪਿਛਲੇ ਲੰਬੇ ਸਮੇਂ ਦੇ ਇਤਿਹਾਸ ਦੇ ਵਿੱਚ ਜਿੰਨੇ ਵੀ ਮੈਟ੍ਰਿਕ ITI ਔਰ ਅਪ੍ਰੈਂਟਿਸ਼ਿਪ ਕੀਤੀ ਹਮੇਸ਼ਾ ਸਾਥੀ ਲਾਈਨਮੈਨ ਹੀ ਲੱਗਦੇ ਰਹੇ ਨੇ ਔਰ ਸਾਡੇ ਪਾਵਰ ਕੰਮ ਮੈਨੇਜਮੈਂਟ ਨੇ ਉਹਨਾਂ ਨੂੰ ਇੱਕ ਰੈਂਕ ਥੱਲੇ ਘਟਾ ਕੇ ਜਿਹੜਾ ਸਹਾਇਕ ਲਾਈਨਮੈਨ ਰੱਖਿਆ ਜੋ ਕਿ ਬਹੁਤ ਗਲਤ ਹੈ ਔਰ ਉਹਨਾਂ ਨੂੰ ਸੈਮੀ ਸਕਿਲਡ ਦੇ ਵਿੱਚ ਨਿਸ਼ਚਿਤ ਕੀਤਾ 3 ਸਾਲ ਦਾ ਉਹਨਾਂ ਦਾ ਪ੍ਰੋਬੇਸ਼ਨਲ ਪੀਰੀਅਡ ਵੀ ਰੱਖਿਆ ਅਸੀਂ ਸਮਝਦੇ ਹਾਂ ਵੀ ਉਹ ਗਲਤ ਹੈ ਪ੍ਰੋਬੇਸ਼ਨਲ ਪੀਰੀਅਡ ਦੇ ਸਮੇਂ ਦੌਰਾਨ ਉਹਨਾਂ ਸਾਥੀਆਂ ਨੂੰ ਜਿਹੜੀ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਔਰ ਜਿਹੜੇ ਸਾਥੀਆਂ ਦਾ 3 ਸਾਲ ਦਾ ਪ੍ਰੋਬੇਸ਼ਨਲ ਪੀਰੀਅਡ ਦਾ ਸਮਾਂ ਪੂਰਾ ਹੋ ਚੁੱਕਿਆ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਸਾਥੀਆਂ ਨੂੰ ਜਿਹੜਾ ਉਹ ਲਾਈਨਮੈਨ ਬਣਾਇਆ ਜਾਵੇ 1/12/11 ਤੋਂ ਸਾਡਾ ਪੇ ਬੈਂਡ ਦਾ ਮਸਲਾ ਬੜਾ ਅਹਿਮ ਡਿਮਾਂਡ ਸੀਗੀ ਔਰ 2011 ਤੋਂ ਬਾਅਦ ਜਿੰਨੇ ਵੀ ਪਾਵਰ ਕੰਮ ਨੇ ਭਰਤੀ ਕੀਤੀ ਆ ਪਾਲਾਂ ਉਹ LDC ਕੀਤੇ ਨੇ ਭਾਵੇਂ UDC ਰੈਵੀਨਿਊ ਅਕਾਊਂਟੈਂਟ ਸਹਾਇਕ ਲਾਈਨਮੈਨ ਜਾਂ LDC ਦੇਖੋ ਸਾਨੂੰ ਜਿਹੜੀ ਬੋਰਡ ਇੰਪਲਾਈ ਯੂਨਿਟਾਂ ਦੀ ਰਿਆਇਤ ਪੁਰਾਣੇ ਸਾਰੇ ਸਾਥੀਆਂ ਨੂੰ ਮਿਲਦੀ ਆ ਬੇਸਿਕ ਪੇ ਦੇ ਮੁਤਾਬਕ ਕਿਸੇ ਨੂੰ 200 ਕਿਸੇ ਨੂੰ 250 ਔਰ ਜਿਨ੍ਹਾਂ ਦੀ ਬੇਸਿਕ ਪੇ ਜ਼ਿਆਦਾ 310 ਤੱਕ ਇਹ ਵੀ ਸਾਡੀ ਇੱਕ ਅਹਿਮ ਡਿਮਾਂਡ ਹੈਗੀ ਆ ਵੀ ਜਿੰਨੀ ਵੀ ਨਵੀਂ ਭਰਤੀ ਹੋਈ ਆ 2011 ਤੋਂ ਬਾਅਦ ਸਾਰੇ ਸਾਥੀਆਂ ਨੂੰ ਜਿਹੜੀ ਆ ਬੋਰਡ ਇੰਪਲਾਈ ਯੂਨਿਟਾਂ ਦੀ ਰਿਆਇਤ ਸਾਰੇ ਸਾਥੀਆਂ ਨੂੰ ਮਿਲਣੀ ਚਾਹੀਦੀ ਆ ਔਰ ਜਿਹੜੇ ਸਾਥੀ ਲਾਈਨਮੈਨ ਜਿਨ੍ਹਾਂ ਦਾ 3 ਸਾਲ ਦਾ ਯੋਗਤਾ ਦਾ ਸਮਾਂ ਪੂਰਾ ਹੋ ਗਿਆ ਪ੍ਰੋਬੇਸ਼ਨਲ ਪੀਰੀਅਡ ਉਹਨਾਂ ਸਾਥੀਆਂ ਨੂੰ ਜਿਹੜਾ ਉਹ ਲਾਈਨਮੈਨ ਬਣਾਇਆ ਜਾਵੇ। ਅਸੀਂ ਅੱਜ ਦਰਸ਼ਨ ਫਾਜ਼ਿਲਕਾ ਦੇ ਗੇਟ 'ਤੇ ਰੋਸ ਪ੍ਰਦਰਸ਼ਨ ਕੀਤਾ ਹੈ ਜਿਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੇ ਸਮੁੱਚੇ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਹੱਕੀ ਅਤੇ ਜਾਇਜ਼ ਮੰਗਾਂ ਸੀ ਉਹਦੇ ਤੋਂ ਪੰਜਾਬ ਸਰਕਾਰ ਪਿੱਛੇ ਹਟ ਰਹੀ ਹੈ ਔਰ ਜਿੱਥੋਂ ਤੱਕ ਕਿ ਜਿਵੇਂ ਟੀਚਰ ਨੇ ਸਾਡੇ ਸਾਥੀ ਉਹਨਾਂ ਨੂੰ ਪੱਕਿਆਂ ਕਰਨ ਦਾ ਸਵਾਲ ਸੀ ਉਹ ਨਹੀਂ ਹੁੰਦਾ ਜਾ ਰਿਹਾ ਔਰ ਸਾਡੇ ਜੇ ਮਹਿਕਮੇ ਦੀ ਗੱਲ ਕਰੀਏ ਤਾਂ 6ਵੇਂ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰਨੀ ਬਣਦੀ ਹੈ ਪਰ ਉਹਨੂੰ ਵੇਜ ਫਾਰਮੂਲੇਸ਼ਨ ਕਮੇਟੀ ਕਾਰਪੋਰੇਸ਼ਨ ਦੀ ਵੱਖਰੀ ਬਣਾਈ ਜਾਏਗੀ ਉਹਦੇ ਨਾਂ ਥੱਲੇ ਲਮਕਾਇਆ ਜਾ ਰਿਹਾ ਔਰ ਇੱਥੋਂ ਤੱਕ ਕਿ ਜਿੱਥੇ ਕਿਸਾਨ ਅੱਜ ਲੰਬੇ ਸਮੇਂ ਤੋਂ ਸੰਘਰਸ਼ ਲੜ ਰਿਹਾ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਕਿਸਾਨਾਂ ਦੀ ਹਿਮਾਇਤ 'ਚ ਵੀ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਕਿਸਾਨਾਂ ਦੇ ਖਿਲਾਫ਼ ਜਿਹੜੇ 3 ਕਾਨੂੰਨ ਬਣਾਏ ਗਏ ਨੇ ਉਹ 3 ਕਾਨੂੰਨ ਸਰਕਾਰ ਸੈਂਟਰ ਦੀ ਸਰਕਾਰ ਨੂੰ ਵਾਪਸ ਲੈਣੇ ਬਣਦੇ ਨੇ ਕਿਉਂਕਿ ਜੇ ਅੱਜ 3 ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਇਹਦੇ ਨਾਲ ਜਿਹੜਾ ਸਾਡਾ ਸਮੁੱਚਾ ਮੁਲਾਜ਼ਮ ਵਰਗ ਹੈ ਉਹਦੇ 'ਤੇ ਵੀ ਅਸਰ ਪੈਂਦਾ ਹੈ ਔਰ ਸਮੁੱਚੇ ਇੰਡਸਟਰੀਸ 'ਤੇ ਵੀ ਪੈਂਦਾ ਹੈ ਔਰ ਸਮੁੱਚੇ ਦੁਕਾਨਦਾਰਾਂ 'ਤੇ ਵੀ ਪੈਂਦਾ ਹੈ ਜਿਸ ਕਰਕੇ ਅਸੀਂ ਅੱਜ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਕਿਉਂਕਿ ਜੇਕਰ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਲਾਜ਼ਮੀ ਹੈ ਕਿ ਇਹ ਜਿਹੜੇ ਬਿਜਲੀ ਦੇ ਕਨੈਕਸ਼ਨ ਨੇ ਇਹ ਕੱਟੇ ਜਾਣਗੇ ਜਦੋਂ ਇਹ ਕੱਟੇ ਗਏ ਤਾਂ ਸਾਡੇ ਜਿਹੜੇ ਮੁਲਾਜ਼ਮ ਨੇ
वह जानी खत्म हो जाएंगे, उन्होंने घर वल तोड़ दिता जाएगा। और पिछले दिन राष्ट्रपति साहब का यह बयान आया कि असी जिहड़ा बिजली कानून 2020 है उन्होंने वापस ले लाँगे और पराली साड़न वाला कानून जिहड़ा है वह वापस ले लाँगे। यानी इन्नी हासोहीणी गल कि जदों किसानां दीआं जमीनां ही ना रहीआं तां साडा जिहड़ा बिजली कानून 2003 है वह कित्थों चाहे लागू होवे चाहे ना होवे, क्योंकि वह जमीनां नाल ही जुड़िया है। जिथों तक पराली साड़न का कानून है, जेकर जमीनां ही ना रहीआं पराली आउणी नहीं तां पराली साड़ेगा किसान कित्थों। और असी समझदे हां कि अज दा जिहड़ा प्रोग्राम है ये जिस तरह किसान साडे वीर सारे अपने मतभेद छड़ के एक प्लेटफार्म ते कट्ठे होए ने, तां सानू भी अज समुचे हिंदुस्तान दे अंदर सारियां जथेबंदियां नू अपने मतभेद भुला के एक प्लेटफार्म ते कट्ठे होना बनता है। तां ही असी सेंटर सरकार तो तां ही असी पंजाब दी सरकार तो कुछ ना कुछ हासिल कर सकते हैं। और मैं अज जो जलालाबाद डिवीजन दे अंदर साढ़े नवे सहायक लाइनमैन साथियों नू उन्हां दी बनती ड्यूटी तो अलावा 11 KV का काम करने बारे एक्शन साहब ने उतों के ने जो सस्पेंड किया है वो असी निखेधी करते हैं, क्योंकि उन्होंने जो उन्होंने स्केल बनता है लाइनमैन का वो दिता नहीं जा रहा और ड्यूटी जी है उन्होंने तो लाइनमैन की धक्के ना ली जा रही है। क्योंकि साढ़े फाजिलका डिवीजन के अंदर भी कई साथी मौत का शिकार हुए ने, जिन्हों के परिवार रोल रहे हैं और छोटे छोटे बच्चे उन्होंने जिहड़े अज मतलब आपदे पिता का मूँह वेखण नूं तरस रहे ने। और असी जलालाबाद एक्शन की इस गल की निंदा करते हैं, क्योंकि आने वाले समय च जेकर इन्हां तों धक्के नाल काम एवें 11 KV का लिया जाता है तो लाजमी है कि एक्सीडेंट वर्गियां घटनावां होर ज़्यादा वधणगियां। क्योंकि पहला लाइनमैन का जो कोर्स कराया जाता है तो लाजमी है कि उन्होंने लाइनमैन का ही रुतबा देना बनता है, क्योंकि पिछले समय दिता जाता सी। पर अजकल सब तो वड्डा उन्होंने ये धक्का किया जा रहा है कि उन्होंने सहायक लाइनमैन बनाया जा रहा है और कदे अनस्किल्ड स्केल कदे स्किल्ड स्केल दियां गल्लां करके उन्होंने उलझाया जा रहा है। सो मैं अज दी इस रैली के अंदर सेंटर की सरकार तो और पंजाब सरकार तो मंग करदा कि जिन्हां भी मंगा जिहड़ियां किसानां नाल संबंधित ने वो सेंटर की सरकार नूं मन के उन्हां नूं करो करी तोरना चाहिए है। और जिहड़ियां इत्थे साडियां मंगा जिन्हां भी ने पंजाब सरकार नूं और कारपोरेशन की मैनेजमेंट नूं हल करके सारे मुलाजमान उत्साहित करना चाहिए है। धन्यवाद।